ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹੜੜ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬਗੀਚੇ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਝਾਂ ਵਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ 2 ਸੂਈਆਂ ਝੋਟੀਆਂ ਤੁਹਾਨੂੰ ਵਿਖਾਵਾਂਗੇ ਅਤੇ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ, ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਅਤੇ ਆਹ ਬੱਚੇ ਇਹਨਾਂ ਦੇ, ਅਤੇ ਕੁਛ ਮਾਲ ਜਿਹੜਾ ਆਉਣ ਤੋਂ ਪਹਿਲਾਂ ਵੇਖੀਗਾ ਵੀਰ ਨੇ, ਫਿਰ ਜਿਹੜਾ ਉੱਧਰ ਬੰਨਤਾ ਵਾ ਉਹ ਮੱਝਾਂ ਜਿਹੜੀਆਂ ਆਉਣ ਤੋਂ ਪਹਿਲਾਂ ਵੇਖੀਆਂ 2। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ? ਸੁਣਾਓ, ਠੀਕ ਠਾਕ ਜੀ? ਸਭ ਵਧੀਆ ਜੀ। ਧੁੰਦ ਕਾਫੀ ਪਈ ਜਾਂਦੀ ਹੈ, ਧੁੰਦ ਤੇ ਤੁਹਾਨੂੰ ਪਤਾ, ਧੁੰਦ ਦੇ ਦੇਣੇ ਆ ਛੋਟੇ ਸਾਹਿਬਜ਼ਾਦਿਆਂ ਕਰਕੇ ਵੀ ਤੁਹਾਨੂੰ ਪਤਾ ਹਨਾ। ਹਾਂਜੀ ਹਾਂਜੀ ਹਾਂਜੀ, ਚਲੋ ਨਾਮ ਦੱਸਦੇ ਕਰੀ ਆਪਾਂ ਜੀ। ਮੇਰਾ ਬਗੀਚਾ ਸਿੰਘ ਜੀ, ਹਾਂਜੀ, ਪਿੰਡ ਹਰੜ ਕਲਾਂ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ? 9239364299। ਠੀਕ ਹੈ ਜੀ। ਤੇ ਸ਼ੁਰੂਆਤ ਫਿਰ ਆ ਝੋਟੀ ਤੇ ਕਰ ਲਈ, ਯਾਰ ਕੀ ਕਿੱਥੋਂ ਲੱਭ ਕੇ ਲੈਂਦੀਆਂ ਜੀ? ਵੇਖੋ ਇੱਕ ਮੋਹਰਾ ਤੇ ਝੋਟੀ ਤੇ ਵੀਡੀਓ ਨਹੀਂ ਪਾਈ ਆਪਣੀ। ਹਾਂਜੀ, ਆਪਾਂ ਜਦੋਂ ਪਰਸੋਂ ਦੀ ਵੀਡੀਓ ਆਪਣੀ ਪਾਈ। ਹਾਂਜੀ ਹਾਂਜੀ, ਹਰਵੀਰ ਭਾਜੀ ਹੁਣ ਤੱਕ ਫੋਨ ਆਈ ਜਾਂਦੇ। ਅੱਛਾ, ਹਾਂਜੀ ਠੀਕ ਆ। ਉਹ ਹਿਸਾਬ ਲਾ ਲਓ ਵੀ ਝੋਟੀਆਂ ਸੀ ਨਾ ਜਿਹੜੀਆਂ, ਹਾਂਜੀ ਹਾਂਜੀ, ਉਹ ਆਪਣੀਆਂ ਗਈਆਂ ਜੀ ਇਹ ਸੋਨੀਪਤ। ਸੋਨੀਪਤ, ਹਾਂ ਸੋਨੀਪਤ ਦਾ ਨਾ ਤਹਿਸੀਲ ਆ ਗਨੌਰ। ਹਾਂਜੀ ਹਾਂਜੀ, ਉਥਲਾ ਪਿੰਡ ਹੈ, ਕੋਈ ਆਪਣਾ ਵੀਰ ਆ ਫੌਜੀ ਆ, ਫੌਜ ਨੌਕਰੀ ਕਰਦਾ ਹੈ। ਅੱਛਾ ਅੱਛਾ, ਉਹਨੇ ਮੈਨੂੰ ਕਿਹਾ ਵੀ ਸਾਡੇ ਇਧਰ ਮਾਲ ਬਗੀਚੇ ਭਾਜੀ ਬੜਾ ਤੇਜ਼ ਆ। ਅੱਛਾ, ਝੋਟੀਆਂ ਮੇਰੇ ਬੜੀਆਂ ਪਸੰਦ ਆ। ਠੀਕ ਆ, ਤੇ ਮੈਂ ਵੀ ਕੋਈ ਗੱਲ ਨਹੀਂ ਭਾਜੀ ਵੇਖ ਲਓ। ਠੀਕ ਆ, ਤੇ ਉਹ ਲੈ ਗਿਆ ਹੁਣ ਤੱਕ ਹਰਪ੍ਰੀਤ ਭਾਜੀ ਫੋਨ ਆਈ। ਤੇ ਉਦਣ ਵਾਲਾ ਮਾਲ ਵੇਖ ਗਿਆ ਜਿੱਦਣ ਆਪਾਂ ਵੀਡੀਓ ਪਾਤੀ ਸੀ ਤੇ ਰਿਚਾਰਜ ਤੁਹਾਡਾ ਖਤਮ ਹੋਇਆ ਸੀ? ਉਹ ਹਰਪ੍ਰੀਤ ਭਾਜੀ ਉਦਣ ਬੜਾਣਾ ਗਲਤ ਹੋ ਗਿਆ, ਉਹ ਵੇਖ ਗਿਆ। ਅੱਛਾ, ਤੇ ਮੈਂ ਕਿਹਾ ਵੀ ਹਰਪ੍ਰੀਤ ਭਾਜੀ ਨੇ ਵੀਡੀਓ ਪਾਤੀ ਆ ਤੇ ਮੈਂ ਬੈਠਾ ਕਿਸੇ ਦੇ ਘਰੇ ਡੰਗਰ ਲੈਣ ਡਿਆ, ਮੈਂ ਕਿਹਾ ਮੈਨੂੰ ਫੋਨ ਹੀ ਨਹੀਂ ਆਇਆ ਕੋਈ। ਅੱਛਾ, ਤੇ ਜਦੋਂ ਮੈਂ ਕੱਢ ਕੇ ਵੇਖਿਆ ਤੇ ਮੈਂ ਕਿਹਾ ਵੀ ਮੈਂ ਤੁਹਾਨੂੰ ਫੋਨ ਲਾਇਆ, ਮੈਂ ਭਾਜੀ ਕੰਮ ਗਲਤ ਹੋ ਗਿਆ। ਤੇ ਕਿਹਾ ਕੀ ਆ? ਮੈਂ ਕਿਹਾ ਵੀ ਆਪਣਾ ਰੀਚਾਰਜ ਖਤਮ ਕਿਤੇ ਹੋਇਆ, ਰਾਤ ਵੇਖਿਆ ਨਹੀਂ। ਅੱਛਾ, ਤੇ ਤੁਸੀਂ ਕਿਹਾ ਕੋਈ ਨਹੀਂ ਬਗੀਚੇ ਵੀਰ ਮੈਂ ਹੁਣੇ ਕਰ ਦਿੰਦਾ, ਬਾਕੀ ਤਾਂ 2 ਘੰਟੇ ਵੀਡੀਓ ਚੱਲ ਗਈ ਤੇ ਨਾ। ਹਾਂਜੀ ਹਾਂਜੀ, ਆਹ ਲੇਟ ਹੀ ਪਤਾ ਲੱਗਿਆ ਸ਼ਾਮਾਂ ਨੂੰ ਨਾ 6 ਵਜੇ ਉਹ ਸਾਰਾ ਹੀ ਮਾਲ ਵੇਖਿਆ। ਅੱਛਾ, ਬਾਅਦ ਚ ਫਿਰ ਪਤਾ ਹੀ ਨਹੀਂ ਲੱਗਾ ਮੈਨੂੰ ਵੀ ਰੀਚਾਰਜ ਖਤਮ ਹੋਇਆ। ਅੱਛਾ, ਆਹ ਉਦੋਂ ਤੁਸੀਂ ਕਹਿੰਦੇ ਸੀ ਪਤਾ ਨਹੀਂ ਲੱਗਾ ਤੇ ਮੁੜ ਕੇ ਤੁਸੀਂ ਹਰਪ੍ਰੀਤ ਭਾਜੀ ਕੀਤਾ ਸੀ ਰੀਚਾਰਜ। ਆਹ ਬਾਅਦ ਚ ਫਿਰ ਚਲੋ, 2 ਨੰਬਰ ਚੱਲਦੇ ਤੇ ਮੈਨੂੰ ਇਹ ਵੀ ਘਰੇ ਉਹੀ ਚੱਲੀ ਜਾਂਦਾ, ਮੈਨੂੰ ਪਤਾ ਘੱਟ ਲੱਗਦਾ ਵੀ ਕਿਹੜਾ ਨੰਬਰ ਚੱਲਦਾ ਕਿਹੜਾ, ਮੇਰੇ ਕੋਲ ਛੋਟਾ ਮੋਬਾਈਲ ਆ ਤੁਹਾਨੂੰ ਪਤਾ। ਹਾਂਜੀ ਹਾਂਜੀ, ਬਸ ਸੀਗੇ ਬੰਦੇ ਆਪਾਂ ਨੂੰ ਇੰਨਾ ਪਤਾ ਨਹੀਂ। ਇਹ ਵਿਖਾਈ ਦੋ ਹਾਂ ਕਿਹੜਾ ਫੋਨ ਜੇ, ਲਓ ਵੀਰੇ ਭਾਜੀ ਇਹ ਭਾਜੀ ਪਤਾ ਕਿੰਨਾ ਮਾਡਲ ਜੀ, ਆ ਜਿਹੜਾ ਮੇਰਾ ਮੋਬਾਈਲ ਆ, ਆ ਫੋਨ ਆ, ਠੀਕ ਆ, ਇਹ ਹੈਗਾ ਜੀ 2014 ਮਾਡਲ। ਅੱਛਾ, ਹਾਂਜੀ, 10 ਸਾਲ ਹੋ ਗਏ ਕਿ? ਹਾਂ, 3-4 ਰੀਏ ਕੱਦੂਆਂ 'ਚ ਵੀ ਡਿੱਗਾ, ਪਾਣੀਆਂ 'ਚ ਵੀ। ਅੱਛਾ, ਪਰ ਹੈ ਬੜਾ ਕਰਮਾਲਾ ਹਰਪ੍ਰੀਤ। ਅੱਛਾ, ਠੀਕ ਹੈ, ਕਿਉਂਕਿ ਵੱਡਾ ਮੈਨੂੰ ਚਲਾਉਣ ਦੀ ਜਾਇਜ਼ ਨਹੀਂ, ਕਈ ਵੀਰ ਮੈਨੂੰ ਨਾ, ਮੈਂ ਵੀ ਦੱਸਣਾ, ਕਈ ਵੀਰ ਮੈਨੂੰ ਕਹਿੰਦੇ ਤੇ ਵੀਡੀਓ ਪਾ ਦੇ, ਮੈਨੂੰ ਜਾਇਜ਼ ਨਹੀਂ ਆ। ਅੱਛਾ, ਮੇਰੇ ਕੋਲ ਮੋਬਾਈਲ ਵੀ ਛੋਟਾ ਹੈ। ਠੀਕ ਹੈ, ਕਈ ਕਹਿ ਦਿੰਦੇ ਵੇਖ ਕੇ ਇੱਕ ਵਾਰੀ ਭਾਜੀ ਵੀਡੀਓ, ਇਹ ਆ ਕਿ ਹੁਣ ਇਹ ਹੱਥੀਂ ਚੜਿਆ ਵਾ ਸਾਰੇ ਕੰਮ, ਹੱਥੀਂ ਚੜਿਆ ਗੱਲ, ਹੋਰ ਕੋਈ ਨਹੀਂ। ਚਲੋ ਇਹ ਵੀ ਇੱਕ ਵਾਰੀ ਬੈਟਰੀ ਇਹਦੀ ਚਾਰਜ ਕਰ ਲਓ। ਹਾਂਜੀ ਹਾਂਜੀ, ਜਿੰਨੇ ਸਾਨੂੰ ਫੋਨ ਆਉਣੇ ਹੁੰਦੇ, ਵੱਡਾ ਫੋਨ ਸਾਡੀ ਕਾਢ ਨਹੀਂ ਕਰਦਾ। ਠੀਕ ਹੈ, ਇੱਕ ਹੋਰ ਆ ਵੀ ਡਿੱਗ ਵੀ ਪਵੇ ਨਾ ਭਾਜੀ। ਅੱਛਾ, ਇਹਦਾ ਕੋਈ ਨੁਕਸਾਨ ਨਹੀਂ ਹੈ, ਸਕਰੀਨ ਸਕਰੂਨ ਦੇ ਦੇ ਉੱਪਰ ਉਧਰ ਭਾਈ ਜਤਿੰਦਰ ਦੇ ਡੇ ਹੋ ਬਣਾਉਣ ਚੱਠਿਆਂ ਵਾਲੇ ਦੇ। ਹਾਂਜੀ ਹਾਂਜੀ, ਉਹਨਾਂ ਵਿਚਾਰਿਆਂ ਦਾ ਚਲੋ ਹੱਥ ਵੱਜ ਗਿਆ ਤੇ ਕਿੱਡਾ ਮਹਿੰਗਾ ਮੋਬਾਈਲ ਸੀ। ਹਾਂਜੀ ਹਾਂਜੀ ਹਾਂਜੀ, ਜੇ ਤੁਹਾਡੇ ਕੋਈ ਇਦਾਂ ਦਾ ਹੁੰਦਾ ਤੇ ਕੋਈ ਲੋੜ ਹੀ ਨਹੀਂ ਇਦਾਂ ਦੇ, ਫਿਰ ਮੈਂ ਕਿਹਾ ਤੁਸੀਂ ਵੀ ਬਣਾਇਆ ਕਰੋ ਇਹਦੇ ਨਾਲ ਦੇ ਵੀਡੀਓ। ਕੋਈ ਨਹੀਂ, ਕਰਦੇ ਹਾਂ ਕੁਛ ਇਹਦਾ ਵੀ। ਤੇ ਚਲੋ ਸ਼ੁਰੂਆਤ ਕਰੀਏ ਫਿਰ ਆਪਾਂ। ਹਾਂਜੀ ਭਾਜੀ, ਹਰਪ੍ਰੀਤ ਝੋਟੀ ਤਾਂ ਹੀ, ਝੋਟੀਆਂ ਫਿਰ ਕੀ ਸੋਹਣੀਆਂ ਲੱਭ ਕੇ ਲਿਆਂਦੀਆਂ ਵੀ ਮੈਂ। ਚਲੋ ਵਧੀਆ, ਚਲੋ ਆਪਣੀ ਵੱਲੋਂ ਤੇ ਵੇਖ ਕੇ ਵਧੀਆ ਲਿਆਂਦੀਆਂ ਜੀ। ਹਾਂਜੀ ਹਾਂਜੀ, ਇਹ ਭਾਈ ਚਾਰ ਨਹੀਂ ਛਿੱਗੀ ਹੋਣ ਡਈ ਆ ਛੋਟੀ। ਅੱਛਾ, ਹਾਂ ਠੀਕ ਹੈ, ਤੋਂ ਟੱਪ ਗਈ ਆ। ਠੀਕ ਆ, ਤੇ ਛਿੱਗੀ ਹਜੇ ਨਹੀਂ ਹੋਈ ਬਰਾਬਰ। ਠੀਕ ਆ, ਤੇ ਸੂਆ? ਸੂਆ ਭਾਜੀ ਪਹਿਲਾਂ ਹੀ ਜਿਹਦਾ। ਅੱਛਾ, ਹਾਂਜੀ, ਤੇ ਕਿੰਨਾ ਚਿਰ ਹੋਇਆ ਸੂਈ ਨੂੰ? ਇਹ ਹਰਪ੍ਰੀਤ ਭਾਜੀ ਸੂਈ ਨੂੰ ਵੱਧ ਤੋਂ ਵੱਧ 5 ਜਾਂ 6 ਦਿਨ ਹੋ। ਤਾਜ਼ੀ ਸੂਈ ਆ? ਬਿਲਕੁਲ ਤਾਜ਼ੀ ਸੂਈ ਆ। ਤੇ ਕਿੰਨਾ ਤਿਆਰ ਕਰ ਗਈ ਜੀ ਹਰਪ੍ਰੀਤ ਭਾਜੀ? ਚਲੋ
ਇੱਕ ਤੇ ਝੂਠ ਬੋਲਣ ਵਾਲੀ ਗੱਲ ਹੁੰਦੀ, 10 ਕਿਲੋ ਇਹਦੇ ਥੱਲੇ ਦੁੱਧ ਹੋਊ ਹੁਣ ਮੌਕੇ ਤੇ, ਆਪਾਂ 9 ਕਿਲੋ ਦੀ ਗਰੰਟੀ ਵੀਰ ਭਰਾ ਦੇਵਾਂਗੇ। ਅੱਛਾ, ਸਾਡੇ ਘਰ ਕੋਈ 3 ਟਾਈਮ ਵੀ ਚੋਣੇ। ਅੱਛਾ, 9 ਕਿਲੋ ਦੁੱਧ ਹੋਊਗਾ ਅੱਜ ਹੀ ਆਪਣੇ ਕੋਲ ਸਵੇਰੇ ਆਈ ਆ। ਕਿੰਨਾ ਕੁ ਦੁੱਧ ਚਵਾਈ ਜਾਊਗੀ ਹਰਪ੍ਰੀਤ ਭਾਜੀ? 12 ਤੋਂ ਪਲੱਸ ਝੋਟੀ ਜਾਊਗੀ ਜਿੱਦਾਂ ਦੀ ਝੋਟੀ ਆ। ਅੱਛਾ, ਬਾਕੀ ਵੇਖੋ ਫੇਸ ਕੁਆਲਿਟੀ ਦੀ ਵੇਖੋ ਝੋਟੀ ਦੀ, ਜਾਂ ਖੋਲੋ ਹਾਂ ਤੋੜਦੀ ਆ ਤੁਹਾਨੂੰ ਸ਼ੌਕੀਨ ਝੋਟੀ ਆ। ਹੁਣ ਇੱਕ ਤੁਹਾਨੂੰ ਮੋਹਰਾ ਦੀ ਸ਼ੌਕੀਨ ਝੋਟੀ ਵਿਖਾਉਣੀ, ਇਸ ਤੋਂ ਬਾਅਦ ਇੱਕ ਨੀਲੀ ਦੀ ਸ਼ੌਕੀਨ ਝੋਟੀ ਤੁਹਾਨੂੰ ਵਿਖਾਉਣੀ। 7 ਵਜੇ ਬਾਕੀ ਰਾਜੀ ਰੋਜੀ ਵੀ ਪੂਰੀ ਆ, ਕੱਦ ਕਾਠ ਵੀ ਚੰਗਾ। ਬਾਕੀ ਪੂਰੀ ਕਿਸੇ ਵੀਰ ਨੇ ਰੀਝ ਨਾਲ ਸਾਂਭੀ ਆ, ਪੂਰਾ ਗੁੰਦਵਾ ਸਰੀਰ ਆ। ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ? ਹਰਪ੍ਰੀਤ ਭਾਜੀ ਵੇਖ ਲਓ, ਇਹੋ ਜਿਹੀਆਂ ਕੱਟੀਆਂ ਦਾ ਲੋਕ 1,20,000 ਰੁਪਇਆ ਮੰਗੀ ਜਾਂਦੇ ਆ। ਹਾਂਜੀ ਹਾਂਜੀ, ਤੇ ਹੱਕ ਤੇ ਰੱਖਦੀ ਕੱਟੀ 1,00,000 ਰੁਪਏ ਦਾ। ਹਾਂਜੀ, ਤੁਹਾਨੂੰ ਪਤਾ ਪਰ ਆਪਣਾ ਮੁੱਲ ਜਾਇਜ਼ ਹੀ ਹੁੰਦਾ ਜੀ, ਹੈ ਨਾ? ਠੀਕ ਆ। ਹਾਂਜੀ, ਕਿੰਨੇ ਦੀ ਦੇ ਹਰਪ੍ਰੀਤ ਭਾਜੀ? 80,000 ਦੀ ਕੱਟੀ ਦੇ ਦੀ। 80,000 ਦੀ? ਹਾਂਜੀ। ਕਰਨਾ ਵਿੱਚ ਮਾਨ ਤਨ ਜੋ ਤੁਹਾਡਾ ਜੀ ਕਰਦਾ ਕਰ ਦਿਓ। 2,000 ਕਰ ਦਈਏ ਹਰਪ੍ਰੀਤ ਭਾਜੀ, 3 ਕਰ ਦਈਏ। ਅੱਛਾ, 77,000 ਦੀ। ਹਾਂਜੀ, ਕੀ ਹੈਗੀ ਕਸਰ? ਹੋਰ ਕੱਢ ਦੋ ਕਸਰ, ਫਿਰ ਛੋਟ ਹੀ ਹੋਵੇ ਵਿੱਚੋਂ ਪੂਰੇ, ਫਿਰ 75 ਦੀ ਕਰ ਦਈਏ। ਵੇਖ ਲਓ ਹਰਪ੍ਰੀਤ ਭਾਜੀ, 75,000 ਦੀ ਕੱਟੀ ਆ। ਅੱਛਾ, ਕੱਟੀ ਵੇਖ ਲਓ, ਮਗਰ ਨੀਲੀ ਦੀ ਝੋਟੀ ਬੜੀ ਖੂਬਸੂਰਤ ਝੋਟੀ ਆ, ਜਿਹੜੀ ਚਿਹਰੇ ਤੇ ਬੜੀ ਸੋਹਣੀ, ਜਿਹੜੇ ਵੀ ਸ਼ੌਕੀਨ ਆ ਨੀਲੀ ਦੇ ਸ਼ੌਕੀਨ ਆ। ਇਹ ਬੜੀ ਡਿਮਾਂਡ ਹੀ ਆ। ਇਹ ਕਿਹੜੇ ਏਰੀਆ ਚੋਂ ਲਈ ਜੇ? ਇੱਧਰ ਦੀ ਕਿ ਲਈ ਆਪਾਂ? ਤਰਨਤਾਰਨ ਏਰੀਆ ਚੋਂ। ਅੱਛਾ, ਤਰਨਤਾਰਨ ਏਰੀਆ ਚੋਂ। ਮੈਂ ਦੱਸ ਦੇਣਾ ਤੁਹਾਨੂੰ, ਉਸੇ ਏਰੀਆ ਚੋਂ ਲਈ, ਆਪਣੇ ਰਿਸ਼ਤੇਦਾਰਾਂ ਕੋਲ ਲਈ ਆ। ਠੀਕ ਹੈ, ਚਾਰੇ ਮਈਆਂ ਚਾਰੇ ਨੀਲੀ ਦਾ ਵੀਦੀਆਂ। ਅੱਛਾ, ਹਾਂਜੀ, ਨੀਲੀ ਦਾ ਹੀ ਰਵਾ ਸਾਰਾ ਜੀ? ਸਾਰਾ ਨੀਲੀ ਦਾ ਰਵਾ ਹੈ। ਅੱਛਾ, ਪਹਿਲੇ ਸੂਏ 15 ਤੋਂ ਪਲੱਸ ਝੋਟੀ ਨੇ ਦੁੱਧ ਦਿੱਤਾ, ਹਜੇ ਜਵਾਨੀ ਦੇ ਦੰਦ ਨਹੀਂ ਬਰਾਬਰ ਕੀਤੇ ਨੇ। ਅੱਛਾ, ਦੂਜਾ ਸੂਆ ਜੀ, ਹੁਣ ਕਿੰਨੇ ਦਿਨ ਹੋਏ ਸੂਈ ਨੂੰ? ਹੁਣ ਇਹਨੂੰ ਹਰਪ੍ਰੀਤ ਭਾਜੀ ਬਿਲਕੁਲ ਤੀਜਾ ਦਿਨ ਜੇ ਸੂਈ, ਤੀਸਰਾ ਦਿਨ ਸ਼ਨੀਵਾਰ ਦੀ ਸੂਈ ਜੀ। ਅੱਛਾ, ਤੇ ਬਾਕੀ ਬੇਸ਼ੱਕ ਕੋਈ ਸਾਡੇ ਕੋਲ ਸਟਾਮ ਤੇ ਲਿਖ ਕੇ ਲੈ ਜੇ ਵੀ ਜੇ 15 ਕਿਲੋ ਦੁੱਧ ਦਊ ਤੇ ਕੋਈ ਰੱਖ ਲੇ। ਅੱਛਾ, ਵੱਧ ਦਊ, ਮੈਂ 15 ਕਿਲੋ ਕਹਿਣ ਡਿਆ। ਅੱਛਾ, ਹੁਣ ਸਟਾਰਟਿੰਗ 10 ਤੋਂ ਪਲੱਸ ਦੇ ਥਲੇ ਬੋਲਾ ਏ। ਅੱਛਾ, ਮੌਕੇ ਤੇ 10 ਤੋਂ ਪਲੱਸ ਬੋਲਾ ਹੈਗਾ, ਬਾਕੀ ਚੋਣ ਚਵਾ ਇੰਨਾ ਜ਼ਿਆਦਾ ਵੀ ਹੱਦੋਂ ਵੱਧ ਲਿਆ ਫਿਰ ਤੋਰੀਆਂ ਇਹਨਾਂ। ਬਾਕੀ ਅੱਜ ਸੋਹਣੀਆਂ ਸ਼ੌਕੀਨ ਝੋਟੀਆਂ ਵਾ ਜਿਹੜੀਆਂ ਵਿਧੀਆਂ ਮੇਰੇ ਕੋਲ। ਅਜੇ ਦੁਪਹਿਰਾਂ ਦਾ ਟਾਈਮ ਹੈ, ਜਿਹੜੀ ਵੀਡੀਓ ਬਣਾਉਂਦੀ ਆ ਤੇ ਕੋਈ ਮੱਝ ਥਣਾ ਚ ਨਹੀਂ ਆ ਕੋਈ ਵੀ, ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ, ਤੇ ਸ਼ਾਮ ਤੱਕਰ ਬਣਦੀ ਵੀ ਹੱਪੀ ਭਾਜੀ, ਚੰਗਾ ਹਵਾਨਾ ਇਹਨੇ ਤਿਆਰ ਕਰਨਾ ਹੈ। ਤੇ ਕੱਦ ਕਾਠ ਵੀ ਪੂਰਾ ਜਿਹੜਾ ਵੱਡਾ ਵਾ ਇਹਦਾ, ਆ ਦੇਖ ਸਕਦੇ ਜੀ। ਬਾਕੀ ਪੂਰੀ ਸ਼ੌਕੀਨ ਝੋਟੀ ਆ ਜਿਹੜੀ ਨੀਲੀ ਦੀ। ਜੇ ਕਿਸੇ ਵੀਰ ਨੇ ਗਾਹ ਵੀ ਚੰਗੀਆਂ ਕੱਟੀਆਂ ਲੈਣੀਆਂ ਉਹ ਵੀ ਵੀਰ ਖੜ ਸਕਦਾ। ਕੱਟੀ ਆ ਇਹਦੇ ਮਗਰ, ਕੱਟੀ ਕਾਲੀ ਆ, ਨਾੜੂ ਤੇ ਬੱਚਾ ਜੀ ਦਾ।
ਤੇ ਆ ਬੱਚੇ ਜੇ ਵੇਦੀ ਜਿਹੜੇ ਇੱਧਰ ਬੱਚੇ ਤੋਂ ਆ ਕਾਲੀ ਕੱਟੀ ਜੇ ਨਾੜੂ ਦੇ ਬੱਚਾ ਗਿੱਲਾ ਨਾੜੂ ਜਾ ਵੇਖ ਲਓ ਰਾਜੀ ਰੋਜੀ ਤੇ ਪੂਰੀ ਜੇ ਵੇਖੋ ਇਹ ਕਿੰਨੇ ਕੁ ਦੁੱਧ ਵਾਲੀ ਜੇ ਇਹ ਵੀ 13 ਚੋਗਾ ਕਿਲੋ ਵਾਲੀ ਜੇ ਅੱਛਾ ਸੱਚ ਨੀਲੀ ਦਾ ਮੁੱਲ ਆਪਣਾ ਦੱਸਣ ਵਾਲਾ ਰਹਿ ਗਿਆ ਕੋਈ ਨੀ ਵੀਰ ਫੋਨ ਤੇ ਕੁਛ ਨਹੀਂ ਦੱਸ ਹੀ ਦਈਏ ਚਲੋ ਬਿਲਕੁਲ ਬਾਕੀ ਸੋਹਣੀ ਝੋਟੀ ਆ ਚੰਗੇ ਕੱਦ ਕਾਠ ਵਾਲੀ ਆ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ ਤੇ ਹੁਣ ਇੱਕ ਆਹ ਵੀ ਖੋਲੋ ਫਿਰ ਤੋਰ ਦਈਏ ਬਾਕੀ ਪੂਰੀ ਪਲੀ ਆ ਮਾਝੇ ਵੀ ਕੱਦ ਭਾਵੇਂ ਬਹੁਤਾ ਉੱਚਾ ਨਹੀਂ ਆ ਤੇ ਪਰ ਹੈਗੀ ਦੋ ਮੱਝਾਂ ਵਰਗੀ ਇਕੱਲੀ ਆ ਹਜੇ ਗੱਬਣ ਆ ਜੇ ਇਹਨੇ ਸੁਣਦੀ ਸੁਣਦੀ ਨੇ ਅਜੇ ਹੋਰ ਤਿਆਰ ਹੋ ਜਾਣਾ ਵਾ ਬਲਦੀ ਬੜੀ ਘੱਟੀ ਪੰਜੀ ਮੈਂ ਤੇ ਆ ਥਾਣ ਵੀ ਦੇਖ ਸਕਦੇ ਜੇ ਤੇ ਲੱਗ ਗਿਆ ਤੇ ਦੱਸੀਏ ਫਿਰ ਜੀ ਇਹਦਾ ਮੁੱਲ ਫਿਰ ਆਪਾਂ ਇਹਦਾ ਵੀ ਭਾਈ ਮੁੱਲ 70 ਜੀ ਅੱਛਾ ਹਾਂਜੀ ਤੇ ਕਿੰਨੇ ਦੀ ਜੈਸਨੋ ਕਰ ਦਈਏ ਤੁਸੀਂ ਜੈਸਨੋ ਆ ਵੀ ਕਰ ਦੇਣੀ ਹੈ 67000 ਦੀ ਦੇ ਦਈਏ ਕਰ ਲਓ ਹੋਰ ਜੇ ਜ਼ਿਆਦਾ ਕੋਈ 65 ਦੀ ਕਰ ਦਈਏ ਠੀਕ ਹੈ ਵੇਖ ਲਓ 65 ਦੀ ਕਰ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਮੌਕੇ ਤੇ ਮੰਨਤਾ ਨਾ ਜੀ ਇਹ ਵੀ ਦੁੱਧ 13 14 ਕਿਲੋ ਵਾਲੀ ਮੈਂ ਆ ਠੀਕ ਹੈ ਜੀ ਮੈਂ 3000 ਰੁਪਏ ਚੜਦੀ ਵੀ ਚੜਦੀਆਂ ਆ ਹਾਂਜੀ ਹਾਂਜੀ ਸਹੀ ਹੈ ਕਿ ਨਹੀਂ ਹਾਂਜੀ ਹਾਂਜੀ ਬਾਕੀ ਇਹ ਹੈ ਕਿ ਕੋਈ ਵੀਰ ਖੜੇ ਵੀ ਗਾੜੀ ਕੋਈ ਸਾਂਭ ਵਾਲਾ ਖੜੇ ਹਿਸਾਬ ਨਾਲ ਲੈ ਤੈਨੂੰ ਗਾਹਾਂ ਹਰਪ੍ਰੀਤ ਭਾਜੀ ਹਾਂਜੀ ਹਾਂਜੀ ਅੱਜ ਤਿੰਨ ਮੱਝਾਂ ਤਿੰਨੇ ਵੱਖਰੀ ਵੱਖਰੀ ਵੈਰਾਈਟੀ ਦੀਆਂ ਵਾ ਤੇ ਸ਼ਕੀਨ ਝੋਟੀਆਂ ਵਾ ਜਿਹੜੀਆਂ ਵਾਲੀਆਂ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ